ਲਓ ਜੀ ਉਧਰੋਂ ਹੁਣ ਅਸੀਂ ਫ੍ਰੀ ਹੋਏ ਲੰਗਰ ਉੱਥੋਂ ਛੇਕਿਆ ਲੰਗਰ ਛੇਕਣ ਤੋਂ ਬਾਅਦ ਹੁਣ ਇੱਧਰ ਆਏ ਅਸੀਂ ਕਿਉਂਕਿ ਸਾਡੇ ਦੋਸਤ ਸਾਡੇ ਆਏ ਆ ਪੰਜਾਬ ਦੇ ਵਿੱਚ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਚਲੋ ਜੀ ਉਹ ਤਾਂ ਲੰਗਰ ਤੇ ਬਾਬਾ ਜੀ ਦੇ ਜਿਹੜਾ ਛੇਕਿਆ ਗਿਆ ਹੁਣ ਅਸੀਂ ਕੋਈ ਆਪਣੀ ਤੁਹਾਡੇ ਯਾਨੀ ਕਿ ਆਪਣੇ ਕੋਲੋਂ ਕੋਈ ਤੁਹਾਡੀ ਟਹਿਲ ਸੇਵਾ ਕਰਨ ਦੀ ਸਾਡੀ ਕੋਸ਼ਿਸ਼ ਕਰਾਂਗੇ ਔਰ ਸਾਡੀ ਇਹ ਇੱਛਾ ਵਾ ਕਹਿ ਲਓ ਕਿ ਸਾਡਾ ਇੱਕ ਦਿਲ ਦੀ ਖਵਾਹਿਸ਼ ਆ ਤੇ ਅਸੀਂ ਕਿਹਾ ਇਹਨਾਂ ਨੂੰ ਕੇਰ ਸਿੰਘ ਸਾਹਿਬ ਨੂੰ ਇਹਨਾਂ ਨੂੰ ਲੈ ਕੇ ਆਏ ਹਾਂ ਬੜੇ ਧੱਕੇ ਦੇ ਨਾਲ ਸਾਰਾ ਪਰਿਵਾਰ ਨਾਲ ਆ ਤੇ ਇਹਨਾਂ ਨੇ ਇਹ ਸਾਨੂੰ ਇੱਥੇ ਇਸ ਤਰ੍ਹਾਂ ਸਮਝਿਆ ਕਿ ਜਿਸ ਤਰ੍ਹਾਂ ਅੱਗੇ ਇਹਨਾਂ ਦੇ ਬੱਚੇ ਖਲੋਤੇ ਹੋਣ ਇਹ ਉਹਨਾਂ ਨੂੰ ਮਿਲਣ ਆ ਰਿਹਾ ਸੀ ਬਹੁਤ ਇਸ ਗੱਲ ਨੂੰ ਫੀਲ ਕਰ ਰਹੇ ਕਿ ਸਾਨੂੰ ਨਾਲ ਨਾਲ ਬੇਟਾ ਜੀ ਇੱਧਰ ਆ ਜਾਓ ਇੱਧਰ ਅੱਛਾ ਹੁਣ ਗੱਲ ਕਰਨ ਦਾ ਮਕਸਦ ਇਹ ਆ ਕਿ ਜਦੋਂ ਇਹਨਾਂ ਨੂੰ ਮਿਲੇ ਆ ਇਹਨਾਂ ਦੀਆਂ ਹਿਸਟਰੀਆਂ ਵੀ ਵੇਖੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਅਤੇ ਫਿਰ ਪਤਾ ਚੱਲਿਆ ਕਿ ਕਿਉਂ ਸਾਨੂੰ ਉਹਨਾਂ ਨਾਲ ਤੋਂ ਇਹਨਾਂ ਨੂੰ ਸਾਡੇ ਨਾਲ ਐਡੀ ਮੁਹੱਬਤ ਆ ਅਤੇ ਲਾਗੇ ਬਹਿੰਦੇ ਹਾਂ ਕੇਰ ਸਿੰਘ ਸਾਹਿਬ ਦੇ ਇਹਨਾਂ ਨੂੰ ਪੁੱਛਦੇ ਦੱਸਦੇ ਹਾਂ ਕੀ ਫੀਲ ਕੀਤਾ ਇਹਨਾਂ ਨੇ ਇੱਥੇ ਆਉਣਾ ਅਤੇ ਕਿਸ ਤਰ੍ਹਾਂ ਦਾ ਇਹਨਾਂ ਨੂੰ ਲੱਗਿਆ ਕਿਸ ਤਰ੍ਹਾਂ ਦਾ ਸਾਡਾ ਬਿਹੇਵ ਲੱਗਾ ਇਹਨਾਂ ਨੂੰ ਹੁਣ ਹਾਂਜੀ ਕੇਰ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਦੇਖਣ ਵਾਲੇ ਦੋਸਤ ਇਸ ਗੱਲ ਦੇ ਮੁੰਤਜ਼ਰ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਫੈਸਲਾਬਾਦ ਤੋਂ ਚੱਲੇ ਹਾਂ ਅਤੇ ਸਾਡੇ ਬਹੁਤ ਹੀ ਪਿਆਰੇ ਦੋਸਤ ਸਾਡੇ ਬਜ਼ੁਰਗ ਸਾਡੇ ਵੱਡੇ ਕਿਉਂਕਿ ਸਾਨੂੰ ਤੁਹਾਡੇ ਕੋਲ ਆਣ ਕੇ ਇਸ ਤਰ੍ਹਾਂ ਮਾਣ ਮਿਲਿਆ ਜਿਸ ਤਰ੍ਹਾਂ ਆਪਣੇ ਵੱਡਿਆਂ ਕੋਲੋਂ ਮਿਲਦਾ ਜੀ ਅਤੇ ਅਸੀਂ ਉੱਥੋਂ ਜਦੋਂ ਚੱਲੇ ਸਾਰੇ ਦੇਖ ਰਹੇ ਸੀ ਅਸੀਂ ਆ ਰਹੇ ਹਾਂ ਤੁਸੀਂ ਸਾਨੂੰ ਇਹ ਦੱਸਣਾ ਵਾ ਤੁਸੀਂ ਇੱਧਰ ਕਰਤਾਰਪੁਰ ਸਾਹਿਬ ਆਏ ਹੋ ਚੜ੍ਹਦੇ ਪੰਜਾਬ 'ਚੋਂ ਲਹਿੰਦੇ ਪੰਜਾਬ 'ਚ ਆਏ ਹੋ ਅਤੇ ਤੁਹਾਨੂੰ ਕੈਸਾ ਫੀਲ ਹੋਇਆ ਵਾ ਕੀ ਕੈਫੀਅਤ ਆ ਤੁਹਾਡੀ ਤੁਸੀਂ ਆਪਣੇ ਦਿਲ ਦਾ ਯਾਨੀ ਕਿ ਕਹਿ ਲਓ ਕਿ ਕੈਫੀਅਤ ਆਪਣੀ ਦੱਸਣੀ ਆ ਕਿ ਕੈਸਾ ਲੱਗਾ ਤੁਹਾਨੂੰ ਜੀ ਕਰਤਾਰਪੁਰ ਸਾਹਿਬ ਆਉਣਾ ਜੀ ਹਰ ਇਨਸਾਨ ਦਾ ਮੁਕੱਦਸ ਮੱਕਾ ਮਦੀਨਾ ਉਸੇ ਤਰ੍ਹਾਂ ਹੀ ਸਾਡੇ ਲਈ ਕਰਤਾਰਪੁਰ ਸਾਹਿਬ ਠੀਕ ਹੈ ਜੀ ਉਹਦੇ ਦਰਸ਼ਨ ਕਰਨ ਵਾਸਤੇ ਬੜੀ ਦੇਰ ਤੋਂ ਤੰਗ ਸੀ ਅਤੇ ਆਪਦੇ ਦੋਸਤਾਂ ਨੂੰ ਜਿਹੜੇ ਪਾਕਿਸਤਾਨ ਦੇ ਸਾਡੇ ਭੈਣ ਭਰਾ ਸਾਡੇ ਪਿੰਡ ਤੋਂ ਸਮੁੰਦਰੀ ਤੋਂ ਹੋਰ ਇਲਾਕਿਆਂ ਤੋਂ ਅੱਜ ਮੈਨੂੰ ਮਿਲਣ ਵਾਸਤੇ ਆਏ ਨੇ ਮੇਰੇ ਮਨ 'ਚ ਬੜੀ ਚਾਹਤ ਸੀ ਜੀ ਰਾਣਾ ਇਮਰਾਨ ਬਾਬਰ ਜੀ ਬੈਠੇ ਨੇ ਭਾਅ ਜੀ ਇੱਧਰ ਬੈਠੇ ਨੇ ਛੋਟਾ ਵੀਰ ਮੇਰਾ ਬੱਚਾ ਸਾਡੇ ਵੱਡੇ ਵਡੇਰੇ ਜਦੋਂ ਪਾਕਿਸਤਾਨ ਤੋਂ ਗਏ ਨੇ ਜੀ ਜੀ ਬਹੁਤ ਤਕਲੀਫਾਂ ਝੱਲੀਆਂ ਨੇ ਉਹਨਾਂ ਨੇ ਬੜੇ ਦੁਖੀ ਹੋ ਕੇ ਆਪਦੇ ਘਰ ਛੱਡਣੇ ਪਏ ਕੋਈ ਸ਼ੱਕ ਨਹੀਂ ਸਾਡਾ ਪਿੰਡ 18 ਨੰਬਰ ਚੱਕ ਹੈ ਜੀ ਛਾਂਗੇ ਮਾਂਗੇ ਦੇ ਨਾਲ ਤਹਿਸੀਲ ਚੂਨੀਆ ਜੀ ਸਾਡੇ ਕਿਸੇ ਦੋਸਤ ਨੇ ਰਾਣਾ ਇਮਰਾਨ ਜੀ ਨੇ ਭਾਅ ਜੀ ਬਾਬਰ ਸਾਹਿਬ ਨੇ ਕਿਸੇ ਲੜਕੇ ਨੂੰ ਭੇਜਿਆ ਉਹਨੇ ਸਾਨੂੰ ਮੂਵੀ ਬਣਾ ਕੇ ਭੇਜੀ ਮੇਰੇ ਪਿੰਡ ਦੀ ਕਿਹਾ ਤੁਹਾਡਾ ਪਿੰਡ ਹੈ ਜੀ ਛਾਂਗਾ ਮਾਂਗਾ ਅਤੇ ਜਦੋਂ ਗੁਰਦੁਆਰੇ ਕੋਲ ਗਿਆ ਜੀ ਅਤੇ ਸਾਡੇ ਮਾਸੀ ਜੀ ਨੇ ਉਹ ਉੱਚੀ ਉੱਚੀ ਰੋਣ ਲੱਗ ਪਈ ਜੀ ਕਹਿੰਦੀ ਇਹ ਗੁਰਦੁਆਰੇ ਦੇ ਨਾਲ ਘਰ ਤੁਹਾਡਾ ਸੀ ਵੀਡੀਓ 'ਚ ਵੇਖ ਕੇ ਹਾਂ ਵੀਡੀਓ 'ਚ ਵੇਖ ਕੇ ਜੀ ਉਹਦੇ ਸਾਹਮਣੇ ਘਰ ਕਹਿੰਦੀ ਅੱਛਾ ਸਾਡਾ ਸੀ ਆਪਣੇ ਦੋਨੋਂ ਘਰ ਆਮਣੇ ਸਾਹਮਣੇ ਸੀ ਉਹ ਵੀਡੀਓ ਦੇਖ ਕੇ ਜੀ ਕਈ ਵਾਰੀ ਮੈਂ ਜਦੋਂ ਵੀਡੀਓ ਦੇਖਦਾ ਜੀ ਮੇਰਾ ਵੀ ਮਨ ਭਰ ਜਾਂਦਾ ਕਿ ਇੱਥੇ ਸਾਡੇ ਪੁਰਖੇ ਮੇਰੀ ਮਾਂ ਦੇ ਪੈਰ ਲੱਗੇ ਨੇ ਮੇਰੀ ਦਾਦੀ ਦਾਦੇ ਦੇ ਮੇਰੇ ਪਿਤਾ ਜੀ ਮੇਰੇ ਤਾਇਆ ਜੀ ਮੇਰੀ ਤਾਈ ਜੀ 18 ਨੰਬਰ ਚੱਕ ਜਿਹੜਾ ਜੀ ਉਹ ਮੇਰਾ ਪਿੰਡ ਸੀ ਅੱਛਾ ਜੀ ਕੇਰ ਸਿੰਘ ਸਾਹਿਬ ਤੁਹਾਡੇ ਯਾਨੀ ਕਿ ਜਿਹੜੇ ਵਾਲਦ ਸਾਹਿਬ ਸੀਗੇ ਤੁਸੀਂ ਇੱਕ ਦੱਸ ਰਿਹਾ ਸੀ ਉਹ ਚਿੱਠੀ ਦਾ ਨਿਜ਼ਾਮ ਚਿੱਠੀ ਪਾਉਂਦੇ ਹੋ ਕੀ ਤੁਸੀਂ ਇੱਕ ਵਾਰੀ ਸਾਨੂੰ ਦੁਬਾਰਾ ਦੱਸਣਾ ਚਾਹੋਗੇ ਅਸੀਂ ਤੁਹਾਡੇ ਮੂੰਹ ਇੱਕ ਵਾਰ ਸੁਣਨਾ ਚਾਹੁੰਦੇ ਵੀ ਕਿੱਡੀ ਮੁਹੱਬਤ ਨਾਲ ਚਿੱਠੀ ਪੜ੍ਹਦੇ ਸੀ ਕੀ ਉਹ ਚਿੱਠੀ ਦਾ ਸਿਲਸਿਲਾਕਾਰ ਸੀ ਬੇਟਾ ਸੀ ਜੀ ਮੁਹੰਮਦ ਮਜੀਦ ਉਹ ਮੇਰੇ ਡੈਡੀ ਦੇ ਦੋਸਤ ਸੀ ਜੀ ਜੀ ਉਹਨਾਂ ਨੇ ਉਹਨਾਂ ਨੂੰ ਉਰਦੂ 'ਚ ਚਿੱਠੀ ਲਿਖਣੀ ਅੱਛਾ ਅਤੇ ਮੇਰੇ ਡੈਡੀ ਵੀ ਉਰਦੂ ਜਾਣਦੇ ਸੀ ਜੀ ਤਾਂ ਫਿਰ ਉਹਨਾਂ ਨੇ ਜਦੋਂ ਚਿੱਠੀ ਆਉਣੀ ਨਾ ਘਰ ਨਹੀਂ ਸੀ ਪੜ੍ਹਦੇ ਹੁੰਦੇ ਅੱਛਾ ਸਾਡੇ ਸਾਡੇ 'ਚ ਬੱਚਿਆਂ 'ਚ ਉਹਨਾਂ ਬਾਹਰ ਮੋਟਰ 'ਤੇ ਚਲੇ ਜਾਣਾ ਨਾਲੇ ਚਿੱਠੀ ਪੜ੍ਹਨੀ ਨਾਲੇ ਉੱਚੀ ਉੱਚੀ ਰੋਣਾ ਜਦੋਂ ਰੋਂਦੇ ਤਾਂ ਅਸੀਂ ਵੀ ਉਹਨਾਂ ਕੋਲ ਚਲੇ ਜਾਂਦੇ ਵੀ ਡੈਡੀ ਤੁਸੀਂ ਕਿਉਂ ਰੋਂਦੇ ਫਿਰ ਉਹਨਾਂ ਸਾਨੂੰ ਜੱਫੀ ਪਾ ਲੈਣੀ ਕਹਿੰਦਾ ਪੁੱਤਰ ਤੁਸੀਂ ਨਹੀਂ ਸਮਝ ਸਕੋਗੇ ਕਿ ਮੈਂ ਕਿਉਂ ਮੇਰੇ ਅੰਦਰ ਦਾ ਹਾਲ ਹੈ ਮੈਨੂੰ ਪਤਾ ਮੇਰੇ ਪਿੰਡ ਤੋਂ ਠੱਕਰ ਕੇ ਤੋਂ ਮੇਰਾ ਦੋਸਤ ਮੈਨੂੰ ਚਿੱਠੀ ਲਿਖ ਰਿਹਾ ਫਿਰ ਉਹਨੂੰ ਲਿਖਦੇ ਸੀ ਜੀ ਥੋੜ੍ਹੇ ਸਮੇਂ ਬਾਅਦ ਜੀ ਉਹਨਾਂ ਦੀਆਂ ਚਿੱਠੀਆਂ ਆਉਣਾ ਜਾਣਾ ਕੋਈ ਬੰਦ ਹੋ ਗਈਆਂ ਕੋਈ ਪ੍ਰੋਬਲਮਸ ਆ ਗਈਆਂ ਜੀ ਉਹਨਾਂ ਦੀ ਡੈਥ ਹੋ ਗਈ ਜੀ ਮਨਜੀਤ ਦੀ ਉਹ ਡੈਡੀ ਨੂੰ ਪਤਾ ਲੱਗ ਗਿਆ ਕਿਸੇ ਹੋਰ ਦੋਸਤ ਨੇ ਚਿੱਠੀ ਪਾਈ ਕਿ ਮਨਜੀਤ ਦਾ ਐਕਸੀਡੈਂਟ ਹੋ ਗਿਆ ਠੀਕ ਹੈ ਫਿਰ ਡੈਡੀ ਬੜੀ ਕੋਸ਼ਿਸ਼ ਕੀਤੀ ਜੀ ਵੀ ਮੈਂ ਪਾਕਿਸਤਾਨ
जाना ही जाना है, पर उदो वीजा नहीं सी जी मिलता। इदां दी हुण प्रॉब्लम्स ने उदो, हां जी ओ फिर गवर्नमेंट दीयां प्रॉब्लम्स आ साहब दा ने, गवर्नमेंट दीयां पॉलिसीयां ने जी उहनां नूं आपां कह नहीं सकदे। हां जी असीं नहीं उहनां नूं कह सकदे बिल्कुल, पर नहीं आया गया उहनां तों। माता मेरी बहुत प्यार करदी सी आपदे घर नूं बाहर नूं, मेरी दादी दादा जी मेरी समाला च मरे ने जी, बड़ियां गल्लां करनियां बड़ियां गल्लां सुनानियां। बस जी अज थानू मिल के एदा महसूस होया जी कि मैं अज मैं ठक्कर के दी मिट्टी तुहाडे पैरां नालों हाथ ला के मत्थे ते लावांगा कि तुसी उत्थों आए हो, मेरे पिंड तों आए हो, मेरा पिंड विखाया मैनू। मैं तुहाडा बहुत बहुत धन्नवाद करदा जी, राणा इमरान जी का, बाबर जी का, तुहाडा सारे जिन्ने वीर आए ने जी, सब का धन्नवाद करदा। बड़ी गल है जी, ये तुसी सुनिया केर सिंह साहब दीयां गल्लां, ते ए नाल इन्हां दे जिहड़े इन्हां दा परिवार आया वा, ये भी इस तरह ही अगे इन्हां दी भैण जी साडे नाल गल कर रहे सीगे, ते बल्कि उन्हां कोलों ते मैं उन्हां ते कैमरा लै जाना वा, लेकिन उन्हां दे मूँह गल सुनी ते उह मेरे कोल सुनी नहीं गई क्योंकि वह आप दीदा हो गए। उन्हां कोलों उह गल जिस टाइम उन्हां नूं याद आई, वह वक्त वाला साहब दा याद आया, तो उन्हां कोलों बर्दाश्त ना हो सकिया ते वह आप दीदा हो गए। इस वास्ते उन्हां कोलों मैं कह के अगर फिर दोबारा किया तो उन्हां दा दिल दुखेगा, क्योंकि पुरानियां गल्लां पुरानियां। मैं अज केर सिंह साहब नाल दूसरे दोस्तों नाल बैठ के यह महसूस किया कि जिस तरह असी इधर कल्पते क्यों साढ़े वड्डे उन्होंने देश कहिंदे सी, जिस तरह सानू खिचवा इस तरह ही इन्हों खिचवा, तो इस वास्ते सानू साढ़े वड्डे अज भी जो गल करिए असी, मैं तुहानूं अगे भी दस्सिया कि बजुर्गों नूं पुछियो कहणगे साढ़े देश है गल है गल, क्योंकि उन्होंने खून च उन्होंने सामां च यह चीज़ां रचियां हुई वा, उन्होंने विरासत दे विच मिलियां हुई कि उत्थों दा पानी उत्थों की हर चीज़ पीती खाधी, बेशक के हुण वंडा पै गई लेकिन दिल उही खिचा वा। तो ये नाल ही हुण असी इंशाल्लाह तआला कोशिश करांगे कि जिन्ने जोगे जो कुछ हो सकीए कोशिश करांगे ज़्यादा तो ज़्यादा इन्हां दी कोई टहल सेवा कर सकीए, ताकि कहिंदे ना कि मेहमान जिहड़ा वा मेहमान नूं ते तुसी दिल कहवे ते दिल दे स्टेज ते बिठा दिता जावे। इह भैण जी ने जी ते इन्हां ने अगे गल कीती हो, इह केर सिंह साहब आ इन्हां तों छोटे ने जी, ਇਹ ਵੀ ਮੈਨੂੰ ਅੱਗੇ ਦੱਸ ਰਿਹਾ ਸੀ ਕਿ ਅਸੀਂ ਬੜੀ ਕੋਸ਼ਿਸ਼ ਕੀਤੀ, ਮੇਰੇ ਵਾਲਦ ਸਾਹਿਬ ਚਿੱਠੀ ਪੜ੍ਹ ਪੜ੍ਹ ਰੋਂਦੇ ਹੁੰਦੇ ਸੀ ਉਰਦੂ 'ਚ, ਸਾਨੂੰ ਤਾਂ ਪਤਾ ਨਹੀਂ, ਬਲਕਿ ਇਹਨਾਂ ਨੇ ਤਾਂ ਮੈਨੂੰ ਉਸ ਤੋਂ ਬਾਅਦ ਦੱਸਿਆ ਕਿ ਚਿੱਠੀ ਦੇ ਬਾਰੇ 'ਚ ਤੁਸੀਂ ਦੱਸ ਰਹੇ ਸੀ ਜੀ, ਵਾਲਦ ਸਾਹਿਬ ਨੇ ਕੀ ਹਦਾਇਤ ਕੀਤੀ ਸੀ? ਉਹ ਕਹਿੰਦੇ ਸੀ ਵੀ ਜਦੋਂ ਮੇਰੀ ਡੈਥ ਹੋ ਗਈ ਮੇਰੀਆਂ ਚਿੱਠੀਆਂ ਮੇਰੇ ਨਾਲ ਹੀ ਜਾਣੀਆਂ, ਮੈਂ ਸ਼ਾਇਦ ਉੱਪਰ ਜਾ ਕੇ ਵੀ ਪੜ੍ਹਿਆ ਕਰਾਂਗੇ ਚਿੱਠੀਆਂ, ਵੀ ਉਹ ਮੇਰੇ ਨਾਲ ਹੀ ਜਾਣੀਆਂ ਚਾਹੀਦੀਆਂ ਨੇ, ਇਹਨਾਂ ਨੂੰ ਤੁਸੀਂ ਆਪਣੇ ਕੋਲ ਨਹੀਂ ਰੱਖਣ, ਅਤੇ ਉਹਨਾਂ ਦੇ ਨਾਲ ਹੀ ਗਈਆਂ, ਹੋ ਸਕਦਾ ਪੜ੍ਹਦੇ ਹੋਣ ਆਪਦੇ ਦੋਸਤਾਂ ਮਿੱਤਰਾਂ ਨੂੰ ਯਾਦ ਕਰਦੇ ਹੋਣ। ਬਾਕੀ ਦੇਖੋ ਜੀ ਉਹ ਚਿੱਠੀਆਂ ਉਹਨਾਂ ਦਾ ਦਿਲ ਦੀ ਮੁਹੱਬਤ, ਉਹਨਾਂ ਦਾ ਦਿਲ ਦਾ ਜਜ਼ਬਾ, ਯਾਨੀ ਕਿ ਉਹਨਾਂ ਦੇ ਜਜ਼ਬਾ ਤੁਸੀਂ ਦੇਖੇ ਕਿ ਉਹ ਚਿੱਠੀਆਂ ਇਹਨਾਂ ਨੂੰ ਕਹਿ ਕੇ ਕਿ ਮੇਰੇ ਨਾਲ ਹੀ ਕਰੋ ਕਿ ਮੈਂ ਉੱਥੇ ਵੀ ਪੜ੍ਹਦਾ ਰਹਾਂ, ਯਾਨੀ ਕਿ ਨਾ ਜ਼ਾਹਰ ਕਰਨ ਵਾਲੀਆਂ ਗੱਲਾਂ ਵਾ ਜੀ। ਬਾਕੀ ਇਹ ਪਰਿਵਾਰ ਬੈਠੇ ਹੁਣ ਅਸੀਂ ਇਨਸ਼ਾਅੱਲਾ ਤਾਲਾ ਇਹਨਾਂ ਦਾ ਕਾਫੀ ਵਕਤ ਲੈ ਲਿਆ, ਹੁਣ ਬੈਠਦੇ ਗੱਪ ਛੱਪ ਲਾਉਂਦੇ ਹਾਂ। ਬਾਕੀ ਤੁਹਾਡੇ ਤੱਕ ਵਾਅਦਾ ਸੀ ਕਿ ਕੇਰ ਸਿੰਘ ਸਾਹਿਬ ਨੂੰ ਜਿਸ ਤਰ੍ਹਾਂ ਮਿਲਣਾ ਜਿਸ ਤਰ੍ਹਾਂ ਤੁਹਾਡੇ ਤੱਕ ਪਹੁੰਚਾਇਆ ਵਾ, ਮਜ਼ੀਦ ਅਪਡੇਟ ਵਾਸਤੇ ਸਾਡੇ ਚੈਨਲ 'ਤੇ ਤੁਸੀਂ ਇਹਨਾਂ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਨਾ ਪੀਓ, ਇਸ ਤਰ੍ਹਾਂ ਦੀ ਕੋਈ ਵੀਡੀਓ ਹੋਈ ਪੰਜਾਬ ਦੇ ਲੈ ਕੋਈ ਵੀ ਹੋਵੇ ਤੁਹਾਡੇ ਤੱਕ ਪਹੁੰਚਦੀ ਰਹੇਗੀ।